चकदे टीवी देख रहे सारे दर्शकों का स्वागत है। मैं हाँ तुहाडा अपना गुरविंदर संधू ते लोक मुद्दे दे विच कुछ लोकां नाल जुड़ियां गल्लां बातां करांगे, कुछ लोक मुद्दियां ते गल्लबात करांगे। लोक मुद्दियां ते चंगी सोझी रखण वाले सरदार एडवोकेट परमिंदर सिंह ढींगरा जी साडे नाल ने। ढींगरा साहब स्वागत है। सत श्री अकाल जी। ते दर्शकों नूं दस्सदे चलीए कि अज दी डेट दे विच अज दे दौर दे विच जिहड़ा पाणी है ਉਹ ਪਾਣੀ ਪੰਜਾਬ ਦਾ ਗੰਦਲਾ ਹੋ ਚੁੱਕਾ ਹੈ। ਵਾਟਰ ਕ੍ਰਾਈਸਿਸ ਜਿਹੜਾ ਪੰਜਾਬ ਦੇ ਉੱਤੇ ਉਹਦਾ ਇੱਕ ਜਿਹੜਾ ਚਿੰਤਨ ਉਹ ਸ਼ੁਰੂ ਹੋ ਚੁੱਕਾ ਹੈ। ਅਤੇ ਨਾਸਾ ਦੀ ਵੀ ਇੱਕ ਰਿਪੋਰਟ ਆਈ ਆ ਜਿਸ ਦੇ ਵਿੱਚ ਇਹ ਹੈ ਕਿ 25 ਸਾਲ ਬਾਅਦ ਜਿਹੜਾ ਹੈ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਹੇਗਾ। ਇੱਕ ਬਹੁਤ ਹੀ ਵੱਡੀ ਚਿੰਤਾ ਹੈ ਅਤੇ ਵਾਟਰ ਕ੍ਰਾਈਸਿਸ ਦੇ ਉੱਤੇ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਢੀਂਗਰਾ ਸਾਹਿਬ, ਅਗਰ ਤੁਸੀਂ ਪਾਣੀ ਦੀ ਗੱਲ ਕਰੀਏ ਅੱਜ ਆਪਾਂ, ਤਾਂ ਪੰਜਾਬ ਨੂੰ ਕਿੱਥੇ ਦੇਖਦੇ ਹੋ? ਦੇਖੋ, ਤੁਸੀਂ ਨਾਸਾ ਦੀ ਰਿਪੋਰਟ 'ਤੇ ਗੱਲ ਕੀਤੀ, ਮੈਂ ਉੱਥੋਂ ਗੱਲ ਸ਼ੁਰੂ ਕਰਾਂਗਾ। ਹਾਂਜੀ, ਤੁਸੀਂ ਕਿਹਾ ਵੀ ਅੱਜ ਤੋਂ 25 ਸਾਲ ਬਾਅਦ ਪੀਣ ਵਾਲਾ ਪਾਣੀ ਖਤਮ ਹੋ ਜਾਏਗਾ। ਹਾਂਜੀ, ਜਾਂ ਪਾਣੀ ਗੰਦਲਾ ਹੋ ਜਾਏਗਾ। ਮੈਂ ਤੁਹਾਨੂੰ ਦੱਸਦਾ, ਅੱਜ ਵੀ ਜੋ ਲੋਕ ਬੁੱਢੇ ਨਾਲੇ ਦੇ ਨੇੜੇ ਪਿੰਡ ਵਸਦੇ ਨੇ, ਜੋ ਕਾਲਾ ਸਗਿਆ ਡਰੇਨ ਦੇ ਅਲੱਗਲੇ ਪਿੰਡ ਵਸਦੇ ਨੇ, ਉੱਥੇ ਪੀਣ ਯੋਗ ਪਾਣੀ ਅੱਜ ਵੀ ਨਹੀਂ ਹੈ। ਉੱਥੇ ਜੋ ਲੋਕ ਪਾਣੀ ਪੀਂਦੇ ਨੇ ਕੈਂਸਰ ਦੀ ਮਾਰ ਹੇਠ ਆ ਚੁੱਕੇ ਨੇ। ਔਰ ਜੋ ਸ਼ਹਿਰਾਂ ਦੇ ਵਿੱਚ ਜਿਹੜਾ ਸ਼ਹਿਰੀਕਰਨ ਬਿਹਤਰ ਤਰੀਕਾ ਹੋ ਰਿਹਾ, ਜਿਹੜੀਆਂ ਫੈਕਟਰੀਆਂ ਨੇ ਉਹ ਫੈਕਟਰੀਆਂ ਦਾ ਪਾਣੀ ਧੜਾ ਧੜ ਜ਼ਮੀਨਾਂ 'ਚ ਬੋਰ ਪੱਟ ਕੇ ਜ਼ਮੀਨ ਸੁੱਟਿਆ ਜਾ ਰਿਹਾ, ਜਾਂ ਦਰਿਆਵਾਂ ਸੁੱਟਿਆ ਜਾ ਰਿਹਾ, ਨਾਲਿਆਂ ਸੁੱਟਿਆ ਜਾ ਰਿਹਾ, ਜਿਨ੍ਹਾਂ ਨੇ ਪੂਰੇ ਦਾ ਪੂਰਾ ਪਾਣੀ ਪਲੀਤ ਕਰ ਦਿੱਤਾ। ਔਰ ਆਉਣ ਵਾਲੇ 25 ਸਾਲ ਨਹੀਂ, ਮੈਨੂੰ ਲੱਗਦਾ ਜੇ ਅਜਿਹੇ ਹਾਲਾਤ ਰਹੇ ਤਾਂ ਆਉਣ ਵਾਲੇ 5-7 ਸਾਲਾਂ 'ਚ ਪੰਜਾਬ 'ਚ ਪੀਣ ਯੋਗ ਪਾਣੀ ਖਤਮ ਹੋ ਜਾਏਗਾ। ਅਤੇ ਲੋਕਾਂ ਨੂੰ ਪਾਣੀ 'ਤੇ ਨਿਰਭਰ ਹੋਣ ਦੇ ਲਈ ਹੋਰਨਾਂ ਸੋਮਿਆਂ ਦੀ ਵਰਤੋਂ ਕਰਨੀ ਪਵੇਗੀ। ਉਹ ਪਾਣੀ ਚਾਹੇ ਕਿਸੇ ਹੋਰ ਸਾਧਨਾਂ ਰਾਹੀਂ ਟ੍ਰੀਟ ਕੀਤਾ ਜਾਵੇਗਾ, ਲੇਕਿਨ ਜ਼ਮੀਨ ਵਾਲਾ ਪਾਣੀ ਕੰਮ ਨਹੀਂ ਆਊਗਾ। ਪਰ ਅਗਰ ਗੱਲ ਕੀਤੀ ਜਾਵੇ ਪਾਣੀ ਨੂੰ ਲੈ ਕੇ ਆਪਣੇ ਪੰਜਾਬ ਦੀ ਹੀ ਨਹੀਂ, ਪੂਰੇ ਇੰਡੀਆ ਦੀ ਜਿਹੜੀ ਪੋਲੀਟਿਕਸ ਆ ਉਹ ਪਾਣੀ ਦੇ ਆਲੇ ਦੁਆਲੇ ਘੁੰਮਦੀ, ਭਾਵੇਂ ਉਹ SIYL ਦਾ ਮੁੱਦਾ ਲੈ ਲਈਏ ਜਾਂ ਫਿਰ ਫੈਕਟਰੀਆਂ ਜਾਂ ਕਿ ਜਿਹੜੀ ਵੀ ਇੰਡਸਟਰੀ ਹੁੰਦੀ ਆ, ਬੜਾ ਨੇੜੇ ਰਿਸ਼ਤਾ ਹੁੰਦਾ ਉਹਨਾਂ ਦਾ ਪੋਲੀਟੀਸ਼ੀਅਨਾਂ ਦੇ ਨਾਲ, ਭਾਵੇਂ ਉਹ ਫੰਡਿੰਗ ਨੂੰ ਲੈ ਕੇ ਦੇਖ ਲਓ ਜਾਂ ਫਿਰ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਸੀਗੀ, ਸੁਪਾਲ ਖਹਿਰਾ ਨੇ ਇੱਕ ਵੀਡੀਓ ਬਣਾਈ ਸੀਗੀ ਬੁੱਢੇ ਨਾਲੇ 'ਤੇ ਖੜ੍ਹੇ ਹੋ ਕੇ, ਅਤੇ ਉਸ ਦੇ ਖਿਲਾਫ਼ ਵੀ ਕਿਸ ਤਰੀਕੇ ਦੀ ਸ਼ਬਦਾਵਲੀ ਯੂਜ਼ ਕੀਤੀ ਗਈ, ਕਿੰਨੀ ਚਿੰਤਾ ਹੈ ਫਿਰ ਪੋਲੀਟੀਸ਼ੀਅਨ ਨੂੰ, ਆਪਣੀ ਸਰਕਾਰਾਂ ਨੂੰ ਕਿੰਨੀ ਚਿੰਤਾ ਹੈ? ਦੇਖੋ, ਸਰਕਾਰਾਂ ਨੂੰ ਕਿਸੇ ਦੀ ਕੋਈ ਚਿੰਤਾ ਨਹੀਂ। ਜੇ ਸਰਕਾਰਾਂ ਨੂੰ ਲੋਕਾਂ ਦੀ ਚਿੰਤਾ ਹੋਵੇ, ਪੰਜਾਬ ਦੇ ਵਾਸੀਆਂ ਦੀ ਚਿੰਤਾ ਹੋਵੇ, ਤਾਂ ਅਜਿਹੇ ਹਾਲਾਤ ਕਦੇ ਪੈਦਾ ਹੀ ਨਾ ਹੋਣ। ਬਿਲਕੁਲ, ਕਿਉਂਕਿ ਜਿਹੜੀਆਂ ਸਰਕਾਰਾਂ ਨੇ ਆਪਣਾ ਡੰਗ ਟਪਾਉਣ ਦਾ ਤਰੀਕਾ ਬਣਾ ਲੈਂਦੀਆਂ ਨੇ, ਆਪਣਾ ਸਮਾਂ ਟਪਾਉਂਦੇ ਨੇ, ਜਿਹੜੇ ਲੋਕ ਸੱਤਾ ਦੇ ਵਿੱਚ ਹੁੰਦੇ ਨੇ ਸੱਤਾ ਦਾ ਨਿੱਘ ਮਾਣਦੇ ਨੇ, ਉਹਦੇ ਨਾਲ ਹੀ ਜਿਹੜੀ ਅਫਸਰਸ਼ਾਹੀ ਹੈ ਉਹ ਬਿਲਕੁਲ ਬੇਲਗਾਮ ਹੈ, ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ। ਜਿਹੜੇ ਔਫਿਸਰ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ, ਜਿਹਨਾਂ ਦੀ ਡਿਊਟੀ ਬਣਦੀ ਸੀਗੀ ਅਜਿਹੀਆਂ ਫੈਕਟਰੀਆਂ ਨੂੰ ਜੋ ਪੋਲਿਊਸ਼ਨ ਕਰਦੇ ਨੂੰ ਰੋਕਣਾ, ਉਹ ਬਿਲਕੁਲ ਹੀ ਫੇਲ ਸਾਬਤ ਹੋ ਰਹੇ ਨੇ। ਉਹ ਤੁਸੀਂ ਉਹਨਾਂ ਲੋਕਾਂ ਦੇ ਜਿਹੜੇ ਅਫਸਰ ਨੇ ਉਹਨਾਂ ਦੇ ਘਰ ਜਾ ਕੇ ਦੇਖੋ, ਉਹਨਾਂ ਦਾ ਰਹਿਣ ਸਹਿਣ ਦੇਖੋ, ਉਹ ਰਾਜਿਆਂ ਦੀ ਤਰ੍ਹਾਂ ਜੀਵਨ ਬਤੀਤ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਫੈਕਟਰੀਆਂ ਦੇ ਕੋਲੋਂ ਵੱਡੇ ਪੱਧਰ 'ਤੇ ਰਿਸ਼ਵਤਾਂ ਲੈ ਕੇ ਆਪਣੇ ਮਹਿਲ ਉਸਾਰ ਲਏ ਨੇ, ਲੇਕਿਨ ਉਹਨਾਂ ਮਹਿਲਾਂ ਦੇ ਵਿੱਚ ਜਿਹੜੇ ਸਰੀਰ ਰਹਿ ਰਹੇ ਨੇ ਉਹ ਥੋੜ੍ਹੇ ਸਮੇਂ ਬਾਅਦ ਉਹਨਾਂ ਨੂੰ ਮਹਿਸੂਸ ਹੋਵੇਗਾ ਜਦੋਂ ਉਹਨਾਂ ਦੇ ਪਰਿਵਾਰ ਕਿਤੇ ਕੈਂਸਰ ਦੇ ਗ੍ਰਸਤ ਦੇ ਵਿੱਚ ਆ ਗਏ, ਕਿਉਂਕਿ ਜਿਹੜਾ ਪਾਣੀ ਤਾਂ ਪੂਰੇ ਪੰਜਾਬ ਦਾ ਇੱਕੋ ਜਿਹਾ ਲੋਕਾਂ ਨੂੰ ਪੀਣ ਨੂੰ ਮਿਲ ਰਿਹਾ। ਬਿਲਕੁਲ, ਜਿੱਥੇ ਇਹ ਲੋਕਾਂ ਨੇ ਪੰਜਾਬ ਦੇ ਵਿੱਚ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਕਿ ਅੱਜ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ 'ਚ ਵਿਦੇਸ਼ਾਂ ਨੂੰ ਜਾਣ ਲੱਗ ਪਏ ਨੇ, ਉਹਦਾ ਵੀ ਇੱਕ ਬੜਾ ਵੱਡਾ ਇਹ ਕਾਰਨ ਹੈ, ਜੇ ਕਰਪਸ਼ਨ, ਮਾੜਾ ਵਾਤਾਵਰਨ, ਹਰ ਥਾਂ 'ਤੇ ਜੋ ਟ੍ਰੈਫਿਕ ਹੋਣਾ, ਜਦੋਂ ਤੋਂ ਧੂਆਂ ਨਿਕਲਣਾ, ਇਹ ਸਾਰੇ ਬਹੁਤ ਸਾਰੇ ਕਾਰਨ ਨੇ ਔਰ ਪੰਜਾਬ ਨੂੰ ਹਰ ਪੱਖ ਤੋਂ ਕਮਜ਼ੋਰ ਕਰ ਰਹੇ ਨੇ। ਪਰ ਅਗਰ ਕਿਸਾਨੀ ਦੀ ਗੱਲ ਕੀਤੀ ਜਾਵੇ, ਇਲਜ਼ਾਮ ਹਮੇਸ਼ਾ ਕਿਸਾਨਾਂ 'ਤੇ ਆ ਜਾਂਦਾ ਹੈ, ਕਿਸਾਨ ਝੋਨਾ ਲਾਉਂਦੇ ਨੇ, ਕਿਸਾਨ ਸ਼ਪੈਦਾ ਲਾਉਂਦੇ ਨੇ, ਇਸ ਕਰਕੇ ਪਾਣੀ ਨੀਚੇ ਜਾ ਰਿਹਾ, ਕਿ ਕਿਸਾਨਾਂ ਨਾਲੋਂ ਜ਼ਿਆਦਾ ਸਜਗ ਹੋਣਾ ਚਾਹੀਦਾ ਸਰਕਾਰਾਂ ਨੂੰ, ਕਿਉਂਕਿ ਸਰਕਾਰਾਂ ਫਸਲਾਂ ਦਾ ਭਾਅ ਨਹੀਂ ਚੰਗਾ ਦਿੰਦੀਆਂ, ਤਾਂ ਕਰਕੇ ਕਿਸਾਨਾਂ ਨੂੰ ਮਜਬੂਰੀ ਵੱਸ ਜਿਹੜਾ ਝੋਨਾ ਲਾਉਣਾ ਪੈਂਦਾ। ਅਗਰ ਮੱਕੀ ਦਾ ਚੰਗਾ ਰੇਟ ਮਿਲੇ ਤਾਂ ਮੈਨੂੰ ਲੱਗਦਾ ਮੱਕੀ ਵੀ ਬੀਜ ਸਕਦੇ ਨੇ ਉਹ। ਬਿਲਕੁਲ ਠੀਕ ਕਹਿ ਰਹੇ ਹੋ, ਸਰਕਾਰਾਂ ਜਾਣ ਕੇ ਅਜਿਹੇ ਹਾਲਾਤ ਪੈਦਾ ਕਰਦੀਆਂ ਨੇ ਜਿਹਦੇ ਨਾਲ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਵੀ ਝੋਨਾ ਲਾਉਂਦੇ ਨੇ, ਝੋਨਾ ਕਿਸਾਨ ਆਪਣੇ ਆਪ ਲਾਉਣ ਲੱਗ ਪਏ। ਬਿਲਕੁਲ, ਸਰਕਾਰਾਂ ਨੇ ਪਹਿਲਾਂ ਨੀਤੀਆਂ ਬਣਾਈਆਂ ਵੀ ਹਰੀ ਕ੍ਰਾਂਤੀ ਲਿਆਉਣੀ ਹੈ, ਅਤੇ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਵੱਧ ਤੋਂ ਵੱਧ ਪੈਦਾਵਾਰ ਕੀਤੀ, ਉਹ ਪੈਦਾਵਾਰ ਦੇ ਸਦਕਾ ਪੰਜਾਬ ਅੱਜ ਕੇਂਦਰੀ ਪੂਲ ਦੇ ਸਭ ਤੋਂ ਜ਼ਿਆਦਾ ਅਨਾਜ ਪੈਦਾ ਕਰਕੇ ਜਾਂਦਾ, ਲੇਕਿਨ ਉਹ ਵੀ ਜੋ ਉਹਦਾ ਬੈਡ ਇਫੈਕਟ ਸੀਗਾ ਉਹ ਪੰਜਾਬ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ। ਪੰਜਾਬ ਦੇ ਕਿਸਾਨਾਂ ਨੇ ਵੱਧ ਝਾੜ ਦੇ ਲਈ ਸਪਰੇਆਂ ਕੀਤੀਆਂ, ਉਹਨਾਂ ਦੀਆਂ ਜ਼ਮੀਨਾਂ ਖੋਖਲੀਆਂ ਹੁੰਦੀਆਂ ਗਈਆਂ, ਜਿਹਦੇ ਕਰਕੇ ਅੱਜ ਉਹਨਾਂ ਦੀ ਜਿਹੜੀ ਜ਼ਮੀਨਾਂ ਨੇ ਉਹ ਬਗੈਰ ਜੋ ਸਪਰੇਆਂ ਤੋਂ, ਖਾਦ ਤੋਂ, ਰੇਹ ਤੋਂ, ਸਪਰੇ ਤੋਂ ਬਿਨਾਂ ਉਹ ਉਪਜਾਊ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ। ਪਾਣੀ ਦੀ ਵਰਤੋਂ ਦੀ ਬਹੁਤ ਜ਼ਿਆਦਾ ਲੋੜ ਸੀਗੀ, ਪੰਜਾਬ ਦਾ ਪਾਣੀ ਪਹਿਲਾਂ ਹੀ ਦਰਿਆਵਾਂ ਦਾ ਸੋਮੇ ਸੀ ਜੋ ਕੇਂਦਰ ਨੂੰ ਲੁੱਟ ਲਏ ਗਏ ਦੂਜੇ ਸੂਬਿਆਂ ਰਾਹੀਂ, ਉਹਦੇ 'ਚ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਨਿਰਭਰਤਾ ਹੋ ਗਈ ਉਹ ਹੋ ਗਈ ਟਿਊਬਵੈੱਲਾਂ 'ਤੇ, ਔਰ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਕਮਾਈ ਸੀ ਉਹ ਵੱਡੀਆਂ ਵੱਡੀਆਂ ਟਿਊਬਵੈੱਲ ਕੰਪਨੀਆਂ ਲੈ ਗਈਆਂ। ਬਿਲਕੁਲ, ਅਤੇ ਅਜਿਹੇ ਹਾਲਾਤ ਸਰਕਾਰਾਂ ਨੇ ਖੁਦ ਕ੍ਰੀਏਟ ਕੀਤੇ,
ਤਾਂ ਜੋ ਪੰਜਾਬ ਦੀ ਜਿਹੜੀ ਕਿਸਾਨੀ ਨੂੰ ਲੁੱਟਿਆ ਜਾ ਸਕੇ। ਸਦਾ ਤੋਂ ਸਰਕਾਰਾਂ ਦੀ ਨੀਯਤ ਰਹੀ ਹੈ ਪੰਜਾਬ ਦੇ ਪੰਜਾਬੀਆਂ ਨੂੰ ਇਹ ਕਿਸੇ ਆਰਥਿਕ ਪੱਖੋਂ ਨੁਕਸਾਨ ਕੀਤਾ ਜਾਵੇ, ਸਰੀਰਕ ਪੱਖੋਂ ਨੁਕਸਾਨ ਕੀਤਾ ਜਾਵੇ। ਹੁਣ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਸਰੀਰਕ ਪੱਖੋਂ ਨਹੀਂ ਮਾਰਿਆ, ਮਾਨਸਿਕ ਪੱਖੋਂ ਅਤੇ ਆਰਥਿਕ ਪੱਖੋਂ ਮਾਰਿਆ ਜਾ ਰਿਹਾ ਅਜਿਹੀਆਂ ਨੀਤੀਆਂ ਬਣਾ ਕੇ, ਜਿਹਦੇ ਨਾਲ ਪੰਜਾਬ ਪੰਜਾਬੀ ਅਤੇ ਔਰ ਪੰਜਾਬ ਦਾ ਜਿਹੜੀ ਸੱਭਿਅਤਾ ਨੂੰ ਖਤਮ ਕੀਤਾ ਜਾਣ ਦੀ ਚਾਲ ਚੱਲੀ ਜਾ ਰਹੀ ਹੈ। ਪਰ ਅਗਰ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਉਹ ਕੀ ਕਰਨ, ਅਗਰ ਨਰਮੇ ਦੀ ਫਸਲ ਮਾਲਵੇ ਦੇ ਵਿੱਚ ਕਿਸਾਨ ਲਾਉਂਦੇ ਨੇ ਕਿਉਂਕਿ ਉਹਨਾਂ ਦੇ ਝੋਨਾ ਨਹੀਂ ਹੁੰਦਾ ਕਈ ਏਰੀਏ ਹੋ ਜਾਂਦੇ ਮਾਲਵੇ ਦੇ ਵਿੱਚ, ਜਿਸ ਤਰ੍ਹਾਂ ਤਲਵੰਡੀ ਸਾਬੋ ਦਾ ਏਰੀਆ ਲੈ ਲਈਏ, ਉੱਥੇ ਕਿਸਾਨ ਨਰਮੇ ਦੀ ਫਸਲ ਬੀਜਦੇ ਨੇ, ਇਸ ਵਾਰ ਨਰਮੇ ਨੂੰ ਜਮਾਂ ਹੀ ਸੁੱਕ ਗਿਆ, ਉਹ ਬਿਲਕੁਲ ਸੜ ਗਈ ਫਸਲ, ਹੋਈ ਨਹੀਂ। ਉਹ ਕਿਸਾਨਾਂ ਨੇ ਕਿਹਾ ਕਿ ਅਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜੇ ਨੇ ਉਹਨਾਂ ਦੀ ਹੈਲਪ ਲੈ ਕੇ ਫਿਰ ਅਸੀਂ ਨਰਮੇ ਦੀ ਫਸਲ ਬੀਜੀ ਸੀ, ਜਿਹੜੀ ਉਹਨਾਂ ਨੇ ਪ੍ਰਜਾਤੀ ਕਹੀ ਸੀ ਉਹ ਲਾਈ ਸੀਗੀ, ਜਿਹੜੀ ਵਰਾਇਟੀ ਉਹ ਕਹਿੰਦੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਅਸੀਂ ਖੇਤੀ ਕਿਸਾਨੀ ਕੀਤੀ ਸੀ, ਪਰ ਸਾਡਾ ਤਾਂ ਸਾਰਾ ਨੁਕਸਾਨ ਹੋ ਗਿਆ, ਹੁਣ ਉਸਦਾ ਜ਼ਿੰਮੇਵਾਰ ਕੌਣ? ਦੇਖੋ, ਜਿਹੜੇ ਤੁਸੀਂ ਖੇਤੀ ਕੇਂਦਰਾਂ ਦੀ ਗੱਲ ਕਰਦੇ ਹੋ, ਉੱਥੇ ਪਹਿਲਾਂ ਜਿਹੜੇ ਅਫਸਰ ਲੱਗੇ ਨੇ ਪਹਿਲਾਂ ਸਿਫਾਰਸ਼ੀ ਭਰਤੀ ਨੇ, ਉਹਨਾਂ ਦਾ ਆਪਣਾ ਕੋਈ ਲੈਵਲ ਹੀ ਨਹੀਂ, ਉਹਨਾਂ ਦਾ ਕੋਈ ਸਟੈਂਡਰਡ ਹੀ ਨਹੀਂ। ਉਹਨਾਂ ਨੂੰ ਤੁਸੀਂ ਪੁੱਛ ਲਓ ਇਹ ਚੀਜ਼ ਬਣਨੀ ਕਿਵੇਂ ਹੋਣੀ, ਕਦੋਂ ਉਹਨਾਂ ਦਾ ਸਮਾਂ ਹੋਣਾ, ਉਹਨਾਂ ਨੂੰ ਕੁਛ ਨਹੀਂ ਪਤਾ। ਉਹ ਸਿਰਫ ਇੱਕ ਕਹਿ ਲਿਆ ਜਿਵੇਂ ਚਿੱਟੇ ਹਾਥੀ ਨੇ ਜਿਹੜੇ ਕੇਂਦਰ ਬਣਾਏ ਨੇ, ਉਹ ਕਿਸਾਨਾਂ ਨੂੰ ਗਲਤ ਰਾਹ 'ਤੇ ਤੋਰਦੇ ਨੇ, ਲੇਕਿਨ ਕਿਸਾਨ ਮਜਬੂਰੀ ਬਸ ਚੰਗੇ ਦਿਨਾਂ ਦੀ ਆਸ ਦੇ ਵਿੱਚ ਉੱਥੇ ਜੋ ਨਵੀਆਂ ਟੈਕਨੋਲੋਜੀ ਵਗੈਰਾ ਅਪਣਾ ਰਹੇ ਨੇ ਉਹ ਫੇਲ ਹੁੰਦੀ ਜਾ ਰਹੀ ਹੈ। ਜਿਹਦੇ ਕਰਕੇ ਤੁਸੀਂ ਨਰਮੇ ਦੇ ਭਾਅ ਦੀ ਗੱਲ ਕੀਤੀ, ਅੱਜ ਕਿਹੜੀ ਚੀਜ਼ ਦਾ ਭਾਅ ਮਿਲ ਰਿਹਾ ਕਿਸਾਨ ਨੂੰ? ਕਿਸੇ ਚੀਜ਼ ਦਾ ਭਾਅ ਨਹੀਂ ਮਿਲ ਰਿਹਾ। ਔਰ ਕਿਸਾਨਾਂ ਦੇ ਬੜੇ ਚਿਰ ਤੋਂ ਮੰਗ ਹੈਗਾ, ਜੋ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸੀਗੀ ਉਹਨੂੰ ਲਾਗੂ ਕੀਤਾ ਜਾਵੇ, ਉਹਦੀ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ। ਕੋਈ ਵੀ ਸਰਕਾਰ ਕੇਂਦਰ ਦੇ ਵਿੱਚ ਆਉਂਦੀ ਹੈ ਉਹ ਹਰ ਵਾਰੀ ਇਹੀ ਗੱਲ ਕਹਿੰਦੀ, ਅਸੀਂ ਸਵਾਮੀਨਾਥਨ ਦੀ ਸਿਫਾਰਸ਼ ਨੂੰ ਲਾਗੂ ਕਰਾਂਗੇ, ਲੇਕਿਨ ਉਹ ਕਿਸੇ ਵੀ ਸਰਕਾਰ ਨੇ ਉਹਨੂੰ ਅਮਲੀ ਜਮਾ ਨਹੀਂ ਪਹਿਨਾਇਆ। ਤੁਸੀਂ ਨਰਮੇ ਦੀ ਗੱਲ ਕਰਦੇ ਹੋ, ਕਣਕ ਦੀ ਗੱਲ ਕਰਦੇ ਹੋ, ਝੋਨੇ ਦੀ ਗੱਲ ਕਰਦੇ ਹੋ, ਜਿੰਨੀ ਦੇਰ ਤੱਕ ਦੇਸ਼ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਨਹੀਂ ਹੁੰਦਾ, ਕਾਲਾਬਜ਼ਾਰੀ ਖਤਮ ਨਹੀਂ ਹੁੰਦੀ, ਤੁਸੀਂ ਗੱਲ ਸਮਝ ਲਓ ਕਿ ਜਿਹੜੇ ਕਿਸਾਨ ਦੇ ਜਿਹੜੇ ਆਲੂ ਨੇ ਖੇਤ 'ਚ ਪਏ 2 ਕਿਲੋ ਦੇ ਨੇ, 2 ਰੁਪਏ ਕਿਲੋ ਨੇ, ਲੇਕਿਨ ਜਦੋਂ ਵੱਡੀਆਂ ਫਰਮਾਂ ਦੇ ਹੱਥ ਵਿੱਚ ਚਲੇ ਜਾਂਦੇ ਨੇ ਉਹ ਚਿਪਸ ਦੇ ਰੂਪ 'ਚ 1000 ਰੁਪਏ ਕਿਲੋ ਹੋ ਜਾਂਦੇ ਨੇ। ਜਿਹੜੇ ਪੰਜਾਬ ਦੇ ਕਿਸਾਨ ਦੇ ਟਮਾਟਰ ਨੇ ਉਹ 2 ਰੁਪਏ ਕਿਲੋ 5 ਰੁਪਏ ਕਿਲੋ ਰੁਲਦੇ ਨੇ, ਉਹ ਜਦੋਂ ਅੜੇ ਟਮਾਟੋ ਸਾਸ ਦੇ ਬਣਾਉਂਦੇ ਕੰਪਨੀਆਂ ਕੋਲ ਚਲੇ ਜਾਂਦੇ ਨੇ 100 ਰੁਪਏ ਕਿਲੋ ਸਿੱਧਾ ਦਾ ਰੇਟ ਹੋ ਜਾਂਦਾ। ਜਦੋਂ ਤੱਕ ਇਹ ਪਾੜਾ ਖਤਮ ਨਹੀਂ ਹੁੰਦੀਆਂ ਇਹ ਵੱਡੀਆਂ ਕੰਪਨੀਆਂ ਦੀ ਜਗ੍ਹਾ ਸਰਕਾਰ ਨੇ ਜਿਹੜੇ ਆਪਣੇ ਕੇਂਦਰ ਬਣਾਏ ਸੀ ਮਾਰਕਫੈਡ ਵਰਗੇ ਵੇਰਕਾ ਵਰਗੇ, ਇਹਨਾਂ ਨੂੰ ਸਟੈਬਲਿਸ਼ ਨਹੀਂ ਕੀਤਾ ਜਾਂਦਾ, ਔਰ ਕਿਸਾਨਾਂ ਦੇ ਇਹੋ ਜਿਹੇ ਗਰੁੱਪ ਨਹੀਂ ਬਣਾਏ ਜਾਂਦੇ ਜਿਹੜੇ ਆਪਣੀ ਫਸਲ ਨੂੰ ਪ੍ਰੋਸੈਸ ਕਰਨ। ਉਨੀ ਦੇਰ ਤੱਕ ਪੰਜਾਬ ਦੇ ਔਰ ਦੇਸ਼ ਦੇ ਕਿਸਾਨਾਂ ਦੀ ਕੋਈ ਬਾਂਹ ਨਹੀਂ ਫੜਦਾ, ਇਹਨਾਂ ਦਾ ਕੋਈ ਭਲਾ ਨਹੀਂ ਹੋ ਸਕਦਾ, ਪੰਜਾਬ ਦੀ ਖੇਤੀ ਨਿਘਾਰ ਵਾਲੀ ਜਾਵੇ। ਅਗਰ ਪਾਣੀ ਨੂੰ ਲੈ ਕੇ ਗੱਲ ਕੀਤੀ ਜਾਵੇ ਝੋਨੇ ਦੀ, ਕਣਕ ਦੀ, ਅਤੇ ਇਸ ਤੋਂ ਹਟ ਕੇ ਇੱਕ ਵੀਡੀਓ ਕਾਨਫਰੰਸ ਦੇ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਉਹ ਲਾਈਵ ਵੀ ਹੋਏ ਸੀਗੇ ਕਿਸਾਨਾਂ ਦੇ ਨਾਲ ਇੱਕ ਵੀਡੀਓ ਕਾਨਫਰੰਸ ਦੇ ਜ਼ਰੀਏ, ਉੱਥੇ ਇੱਕ ਮਹਿਲਾ ਕੀ ਕਹਿੰਦੀ ਹੈ ਕਿ ਮੇਰੀ ਆਏ ਜਿਹੜੀ ਉਹ ਦੁੱਗਣੀ ਹੋ ਗਈ, ਕਿਉਂਕਿ ਸਰਕਾਰ ਨੇ 2022 ਤੱਕ ਆਏ ਦੁੱਗਣੀ ਹੋਣ ਦਾ ਜਿਹੜਾ ਇੱਕ ਲੱਛ ਰੱਖਿਆ ਸੀਗਾ। ਪਰ ਉਹ ਉਸਨੇ ਸੀਤਾਫਲ ਨੂੰ ਕਿਹਾ ਕਿ ਸੀਤਾਫਲ ਦੇ ਥਰੂ ਮੇਰੀ ਆਏ ਜਿਹੜੀ 2 ਗੁਣੀ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਤਾਂ ਬੜੇ ਖੁਸ਼ ਹੋਏ, ਪਰ ਉਸ ਤੋਂ ਬਾਅਦ ਅਗਰ ਜਾ ਕੇ ਉਸਦੀ ਚੰਗੀ ਰਿਪੋਰਟ ਤਿਆਰ ਕਰਦਾ ਦੂਜਾ ਚੈਨਲ, ਇੱਕ ਪ੍ਰਾਈਵੇਟ ਚੈਨਲ ਦੂਜਾ ਜਾ ਕੇ ਰਿਪੋਰਟ ਤਿਆਰ ਕਰਦਾ ਹੈ, ਪਤਾ ਲੱਗਦਾ ਕਿ ਉਸਨੇ ਤਾਂ ਕਿਹਾ ਸੀ ਕਿ ਸੀਤਾਫਲ ਦੇ ਨਾਲ ਹੋਈ ਆ। ਜਦੋਂ ਉਹਨਾਂ ਦੇ ਨਾਲ ਦੇ ਹੋਰ ਉਹਨਾਂ ਦੇ ਗਰੁੱਪ ਦੇ ਔਰਤਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਨਹੀਂ ਸਾਡਾ ਤਾਂ ਕੁਛ ਹੋਇਆ ਨਹੀਂ, ਸਾਨੂੰ ਤਾਂ ਆਣ ਕੇ ਟ੍ਰੇਨਿੰਗ ਦਿੱਤੀ ਗਈ ਸੀ, ਅਤੇ ਕੀ ਫਿਰ ਇਹ ਜੁਮਲੇ ਹੀ ਰਹਿ ਜਾਂਦੇ ਨੇ? ਤੁਸੀਂ ਮੈਨੂੰ ਸੀਤਾਫਲ ਬਾਰੇ ਜਾਣਕਾਰੀ ਨਹੀਂ, ਪਰ ਮੈਂ ਇਹਨਾਂ ਜ਼ਰੂਰ ਕਹਿ ਸਕਦਾ ਹਾਂ ਜਿਹੜੀਆਂ ਵੀ ਗੱਲਾਂ ਉਹਨੇ ਆਪਣੇ ਚੋਣ ਮੈਨੀਫੈਸਟੋ 'ਚ ਕੀਤੀਆਂ ਤੁਸੀਂ ਇੱਕ ਵੀ ਦੱਸ ਦਿਓ ਪੂਰੀ ਹੋ ਗਈ ਹੋਵੇ, ਕਿਉਂਕਿ ਅਜਿਹੀਆਂ ਚੀਜ਼ਾਂ ਪ੍ਰੈਕਟੀਕਲ ਨਹੀਂ। ਇਹ ਕਹਿੰਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਦਾ, ਕਿਸ ਤਰ੍ਹਾਂ ਦੁੱਗਣੀ ਹੋਈ ਉਹਦਾ ਵੀ ਫਾਰਮੂਲਾ ਦੱਸ ਦਿਓ ਕਿ ਕਿਸਾਨਾਂ ਦੀ ਜਿਹੜੀ ਲਾਗਤ ਸੀ ਵਧੀ ਹੋ ਗਈ, ਆਮਦਨ ਤਾਂ ਹੀ ਦੁੱਗਣੀ ਹੋ ਗਈ, ਲਾਗਤ ਵਧੀ ਹੋ ਜਾਏਗੀ, ਕਿ ਉਹਨਾਂ ਦਾ ਖਰਚਾ ਘੱਟ ਗਿਆ, ਕਿ ਡੀਜ਼ਲ ਦੇ ਭਾਅ ਜੋ 4 ਸਾਲ ਪਹਿਲਾਂ ਸੀ ਉਸ ਤੋਂ ਘੱਟ ਗਏ ਨੇ, ਕਿ ਆਮਦਨ ਘੱਟ ਗਈ ਜਾਂ ਫਸਲਾਂ ਦੇ ਭਾਅ ਦੁੱਗਣੇ ਹੋ ਗਏ ਨੇ। ਜਿਹੜਾ ਕਿਸਾਨ ਜੋ, ਕਿਉਂਕਿ ਬਹੁਤ ਸਾਰੇ ਕਿਸਾਨ ਠੇਕੇ ਤੇ ਜ਼ਮੀਨ ਲੈ ਕੇ ਵਾਹੁੰਦੇ ਨੇ, ਕਿ ਜੇ ਉਹ ਜ਼ਮੀਨ ਲੈ ਕੇ ਠੇਕੇ ਤੇ ਵਾਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਠੇਕਾ ਸਗੋਂ ਅੱਧਾ ਹੋ ਗਿਆ, ਤਾਂ ਹੀ ਰਕਮ ਦੁੱਗਣੀ ਹੋ ਗਈ। ਇਹ ਜਿਹੜੀਆਂ ਗੱਲਾਂ ਬਿਲਕੁਲ ਪੂਰੀਆਂ ਝੂਠ ਨੇ, ਜ਼ਮੀਨੀ ਹਕੀਕਤ ਉਹਦੀ ਹੋਰ ਹੈ। ਪੰਜਾਬ ਦੇ ਕਿਸਾਨ ਇਸੇ ਕਰਕੇ ਇਸ ਗੱਲ ਨੂੰ ਭਲੀਬੰਦ ਸਮਝਦੇ ਨੇ, ਤੇ ਉਹਨਾਂ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਲੱਗ ਰਹੇ ਮੋਦੀ ਸਾਹਿਬ ਦੇ, ਪੂਰੇ ਮੁਲਕ ਦੇ ਵਿੱਚ ਜਿੱਤਦੇ ਆਉਂਦੇ ਨੇ, ਲੇਕਿਨ ਜਦੋਂ ਪੰਜਾਬ ਦੇ ਜੰਮੂ ਕਸ਼ਮੀਰ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ, ਕਿਉਂਕਿ ਪੰਜਾਬੀਆਂ ਦਾ ਸੁਭਾਅ ਵੱਖਰਾ, ਗੱਲ ਮੂੰਹ ਤੇ ਕਰਨੀ ਜਾਣਦੇ ਨੇ। ਅਜਿਹੀਆਂ ਗੱਲਾਂ ਕਰਕੇ ਇਹ ਜਿਹੜਾ ਕੇਂਦਰ ਦਾ ਰਵੱਈਆ ਉਹ ਪੰਜਾਬੀਆਂ ਦੇ ਪ੍ਰਤੀ ਮਾੜਾ। ਉਹਨਾਂ ਦੀ ਕੋਈ ਵੀ ਅਜਿਹੀ ਨੀਤੀ ਹੈ, ਜਿੰਨੀਆਂ ਵੀ ਨੀਤੀਆਂ ਬਣਾਉਂਦੇ ਨੇ ਉਹ ਸਾਰੀਆਂ ਐਂਟੀ ਪੰਜਾਬ ਹੁੰਦੀਆਂ ਨੇ, ਪੰਜਾਬ ਪੰਜਾਬੀਅਤ ਦੇ ਵਿਰੁੱਧ ਹੁੰਦੀਆਂ ਨੇ। ਪਰ ਅਗਰ ਸਰਕਾਰਾਂ ਦੀਆਂ ਹੀ ਨੀਤੀਆਂ ਦੀ ਗੱਲ ਕੀਤੀ ਜਾਵੇ ਤਾਂ ਅਗਰ ਕਿਸਾਨਾਂ ਦੀ ਜਥੇਬੰਦੀਆਂ ਬਣਦੀਆਂ ਨੇ, ਕਿਉਂਕਿ ਕਾਫੀ ਵੱਖ ਵੱਖ ਜਥੇਬੰਦੀਆਂ ਕਿਸਾਨਾਂ ਦੀਆਂ ਨੇ, ਪਰ ਕਿਸਾਨ ਜਥੇਬੰਦੀਆਂ ਜਦੋਂ ਸ਼ੁਰੂ ਕਰਦੇ ਨੇ ਉਹ ਜਥੇਬੰਦੀ ਬਣਾਉਂਦੇ ਨੇ, ਅਤੇ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਬੜੇ ਤਗੜੇ ਨਾਅਰੇ ਲਾਉਂਦੇ ਨੇ,
ਨਾ ਕਿ ਜਿਹੜੇ ਕਿਸਾਨ ਨੇ ਉਹਨਾਂ ਦਾ ਕੋਈ ਭਲਾ ਸੋਚਦੇ ਨੇ। ਮੈਨੂੰ ਲੱਗਦਾ ਇਹਦਾ ਵੀ ਇੱਕ ਬਹੁਤ ਵੱਡਾ ਇਫੈਕਟ ਹੈ। ਬਿਲਕੁਲ ਬਹੁਤ ਵੱਡਾ ਇਫੈਕਟ ਹੈ ਜੀ। ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੀਆਂ ਹੋਈਆਂ ਨੇ। ਬਿਲਕੁਲ ਜਦੋਂ ਉਹਨਾਂ ਦੀ ਪਾਰਟੀ ਦੀ ਸਰਕਾਰ ਆ ਜਾਂਦੀ ਉਹ ਚੁੱਪ ਹੋ ਜਾਂਦੀਆਂ ਨੇ, ਜਦੋਂ ਉਹ ਵਿਰੋਧੀ ਧਿਰ ਦੇ ਵਾਂਗੂ ਕੰਮ ਕਰਦੇ ਨੇ, ਜਦੋਂ ਸਰਕਾਰ ਹੁੰਦੀ ਹੈ ਚੁੱਪ ਕਰਦੇ ਨੇ, ਸਰਕਾਰ ਨਹੀਂ ਹੁੰਦੀ ਰੌਲਾ ਪਾਉਂਦੇ ਨੇ। ਬਿਲਕੁਲ ਬਹੁਤ ਸਾਰੇ ਕਿਸਾਨ ਆਗੂ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੀਆਂ ਪਾਰਟੀਆਂ ਤੇ ਉਹ ਰੋਜ਼ ਧਰਨੇ ਮੁਜ਼ਾਹਰੇ ਕਰਦੇ ਨੇ, ਲੇਕਿਨ ਜਦੋਂ ਪਾਰਟੀਆਂ ਸੱਤਾ ਦੇ ਵਿੱਚ ਆ ਜਾਂਦੀਆਂ ਨੇ ਤੇ ਫਿਰ ਉਹ ਚੇਅਰਮੈਨ ਦੇ ਨਿੱਘ ਮੰਨਦੇ ਨੇ, ਉਹ ਫਿਰ ਕਿਸਾਨਾਂ ਦੀ ਗੱਲ ਨਹੀਂ ਕਰ ਸਕਦੇ, ਫਿਰ ਸਰਕਾਰ ਦੀਆਂ ਗੱਲਾਂ ਕਰਦੇ ਨੇ। ਅੱਜ ਕਿਸਾਨਾਂ ਦੀ ਹੀ ਗੱਲ ਨਹੀਂ, ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਕਿਸੇ ਵੀ ਫੀਲਡ ਵਿੱਚ ਵਿਚਰਦੀਆਂ ਨੇ, ਅੱਜ ਇਹ ਹਾਲਾਤ ਹੋ ਗਏ ਜਿਹੜੇ ਉਹਨਾਂ ਦੇ ਆਗੂ ਨੇ ਉਹ ਰਲੇ ਹੋਏ ਨੇ, ਉਹਨਾਂ ਦੇ ਕਰਕੇ ਹੀ ਅੱਜ ਜੋ ਜਥੇਬੰਦੀਆਂ ਦੀ ਜੋ ਬੇਮਤ ਬਣਾਈ ਜਾਂਦੀ ਹੈ ਉਹ ਜਦੋਂ ਸਿਰੇ ਚੜ੍ਹਨ ਲੱਗਦੀ ਹੈ ਤਾਂ ਪਤਾ ਲੱਗ ਜਾਂਦਾ ਉਹਦਾ ਆਗੂ ਵਿਕਿਆ ਹੋਇਆ, ਉਹ ਕਾਮਯਾਬ ਨਹੀਂ ਹੋ ਪਾਇਆ, ਜਿਹਦੇ ਕਰਕੇ ਅੱਜ ਕਿਸਾਨਾਂ ਦੇ ਅਜਿਹੇ ਹਾਲਾਤ ਨੇ। ਬਿਲਕੁਲ ਕਿਸਾਨਾਂ ਦੇ ਤੇ ਇਹੋ ਜਿਹੇ ਹਾਲਾਤ ਨੇ। ਅਤੇ ਅਗਰ ਗੱਲ ਕੀਤੀ ਜਾਵੇ ਲੋਕ ਮੁੱਦੇ ਦੇ ਨਾਲ ਹੀ ਇੱਕ ਹੋਰ ਮੁੱਦਾ ਜੁੜਦਾ ਹੈ, ਪੰਜਾਬ ਦੀ ਸਿੱਖਿਆ ਨੂੰ ਲੈ ਕੇ, ਪੰਜਾਬੀ ਮਾਂ ਬੋਲੀ ਨੂੰ ਲੈ ਕੇ। ਅੱਜ ਦੀ ਡੇਟ ਦੇ ਵਿੱਚ ਪੰਜਾਬੀ ਮਾਂ ਬੋਲੀ, ਪੰਜਾਬੀ ਸਿੱਖਿਆ ਅਤੇ ਪੰਜਾਬੀ ਸੱਭਿਆਚਾਰ ਕਿਤੇ ਨਾ ਕਿਤੇ ਆਪਾਂ ਉਸ ਤੋਂ ਟੁੱਟਦੇ ਜਾਂਦੇ ਹਾਂ, ਵੈਸਟਰਨ ਕਲਚਰ ਵੱਲ ਨੂੰ ਵੱਧਦੇ ਜਾ ਰਹੇ ਹਾਂ। ਪਰ ਪੰਜਾਬੀ ਨੂੰ ਪੰਜਾਬੀ ਦੀ ਚਿੰਤਾ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਹੀ ਬੱਚੇ ਕਨਵੈਂਟ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਉਹੀ ਅੱਜ ਪੰਜਾਬੀ ਮਾਂ ਦੀ ਗੱਲ ਕਰਨ ਵਾਲੇ ਹੀ, ਜਿਹੜੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਨ ਵਾਲੇ ਜਿਹੜੇ ਆ ਉਹੀ ਅੱਜ ਪੰਜਾਬੀ ਮਾਂ ਬੋਲੀ ਦੇ ਨਾਲ ਧੱਕਾ ਕਰ ਰਹੇ ਨੇ। ਗੁਰਵਿੰਦਰ ਜੀ, ਤੁਸੀਂ ਗੱਲ ਕੀਤੀ ਵੀ ਜਿਹੜੇ ਪੰਜਾਬੀ ਬੋਲੀ ਨੂੰ ਪ੍ਰੇਮ ਕਰਦੇ ਉਹਦੇ ਬੱਚੇ ਕੋਨਵੈਂਟ ਸਕੂਲਾਂ 'ਚ ਪੜ੍ਹਦੇ ਨੇ, ਉਹ ਬੱਚੇ ਤਾਂ ਉੱਥੇ ਜਾ ਕੇ ਪੜ੍ਹਦੇ ਨੇ ਕਿਉਂਕਿ ਜਿਹੜੇ ਸਰਕਾਰੀ ਸਕੂਲ ਨੇ ਉਹ ਫਿਰ ਸਿੱਖਿਆ ਪੱਧਰ ਮੁਹੱਈਆ ਹੀ ਨਹੀਂ ਕਰਾ ਸਕੇ। ਅੱਜ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਜਿਹੜੀਆਂ ETT ਅਧਿਆਪਕ ਯੂਨੀਅਨਾਂ ਨੇ ਜਾਂ ਹੋਰ ਯੂਨੀਅਨਸ ਨੇ ਅਧਿਆਪਕਾਂ ਦੀਆਂ, ਉਹ ਸਾਰਾ ਸਾਲ ਦੇ ਧਰਨਿਆਂ 'ਤੇ ਰਹਿੰਦੀਆਂ, ਉਹਨਾਂ ਦੀਆਂ ਮੰਗਾਂ ਹੀ ਨਹੀਂ ਪ੍ਰਵਾਨ ਹੁੰਦੀਆਂ। ਬਿਲਕੁਲ। ਔਰ ਜਦੋਂ ਧਰਨਿਆਂ ਤੋਂ ਹਟਦੇ ਨੇ ਸਰਕਾਰਾਂ ਉਹਨਾਂ ਨੂੰ ਕਿਸੇ ਨਾ ਕਿਸੇ ਸੈਂਸ ਦੇ ਵਿੱਚ ਲਗਾ ਦਿੰਦੀਆਂ ਨੇ, ਕਦੀ ਵੋਟਾਂ ਬਣਾਉਂਦੇ ਨੇ, ਕਦੀ ਵੋਟਾਂ ਕਰਾਉਂਦੇ ਨੇ। ਜਦੋਂ ਅਧਿਆਪਕਾਂ ਨੇ ਅਜਿਹੇ ਕੰਮਾਂ 'ਚ ਵਿਅਸਤ ਰਹਿਣਾ ਤਾਂ ਕਿਸ ਤਰ੍ਹਾਂ ਮਾਂ ਬਾਪ ਵੀ ਸਮਝ ਲੈਣ ਕਿ ਉਹਨਾਂ ਨੇ ਬੱਚਿਆਂ ਦਾ ਭਵਿੱਖ ਸਹੀ ਹੱਥਾਂ ਦੇ ਵਿੱਚ। ਔਰ ਤੁਸੀਂ ਸਕੂਲਾਂ ਦੇ ਹਾਲਤ ਜਾ ਕੇ ਦੇਖੋ, ਤੁਹਾਨੂੰ ਲੱਗੂਗਾ ਜਿਵੇਂ ਡੰਗਰਾਂ ਦਾ ਵਾੜਾ ਕਿਤੇ, ਉੱਥੇ ਕੱਡਾ ਕੱਡਾ ਘਾਹ ਹੋ ਗਿਆ ਹੁੰਦਾ, ਕੋਈ ਬੇਸਿਕ ਸਹੂਲਤਾਂ ਮੌਜੂਦ ਨਹੀਂ। ਜਿੰਨੇ ਵੀ ਉੱਥੇ ਅਧਿਆਪਕ ਨੇ ਉਹਨਾਂ ਦੀ ਗਿਣਤੀ ਵਿਦਿਆਰਥੀਆਂ ਦੇ ਮੁਤਾਬਕ ਘੱਟ ਹੈਗੀ ਹੈ, ਕਿਸੇ ਸਕੂਲ 'ਚ ਦੋ ਅਧਿਆਪਕ ਨੇ, ਕਿਸੇ 'ਚ ਤਿੰਨ ਅਧਿਆਪਕ ਨੇ, ਉਹ ਸਰਕਾਰ ਜਾਣ ਕੇ ਜੇ ਹਾਲਾਤ ਕ੍ਰੀਏਟ ਕਰ ਦਿੰਦੀ ਹੈ ਤਾਂ ਉਹ ਲੋਕ ਕਿੱਥੇ ਜਾਣ? ਅਤੇ ਜਿਹੜੇ ਕੋਨਵੈਂਟ ਸਕੂਲ ਨੇ, ਪ੍ਰਾਈਵੇਟ ਸਕੂਲ ਨੇ, ਉਹ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਜੋ ਪੰਜਾਬੀਆਂ ਦੇ ਖੂਨ ਪਸੀਨੇ ਦੀ ਕਮਾਈ ਉਹਨੂੰ ਲੁੱਟਦੇ ਜਾ ਰਹੇ ਨੇ, ਔਰ ਆਪਣਾ ਵੈਸਟਰਨ ਕਲਚਰ ਦਾ ਪ੍ਰਭਾਵ ਪਾਉਂਦੇ ਜਾ ਰਹੇ ਨੇ। ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸਾਨੂੰ ਸਾਰੀਆਂ ਚੀਜ਼ਾਂ ਮੁਹੱਈਆ ਹੋਣ, ਸਾਨੂੰ ਵਧੀਆ ਸਿੱਖਿਆ ਦਾ ਪੱਧਰ ਮੁਹੱਈਆ ਹੋਵੇ, ਅਤੇ ਲੇਕਿਨ ਜਦੋਂ ਸਰਕਾਰਾਂ ਵੇਸਲੀਆਂ ਹੋ ਜਾਂਦੀਆਂ ਨੇ ਅਤੇ ਲੋਕਾਂ ਦੇ ਕੋਲ ਕੋਈ ਸਾਧਾ ਕੋਈ ਜ਼ਰੀਆ ਨਹੀਂ ਬਚਦਾ ਤਾਂ ਉਹਨਾਂ ਨੂੰ ਮਜਬੂਰਨ ਵਾਸਤੇ ਆਪਣੇ ਬੱਚਿਆਂ ਨੂੰ ਇੰਗਲਿਸ਼ ਸਕੂਲਾਂ ਦੇ 'ਚ ਪਾਉਣਾ ਪੈਂਦਾ, ਅਤੇ ਉੱਥੇ ਉਹ ਬੱਚਿਆਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਕਿ ਜੇ ਤੁਸੀਂ ਪੰਜਾਬੀ ਬੋਲੋਗੇ ਤੁਹਾਨੂੰ ਜੁਰਮਾਨੇ ਕੀਤੇ ਜਾਣਗੇ, ਅਤੇ ਜਿਹਦੇ ਕਰਕੇ ਕੁਛ ਬੱਚੇ ਉਹੋ ਜਿਹਾ ਪ੍ਰਭਾਵ ਕਬੂਲ ਵੀ ਲੈਂਦੇ ਨੇ। ਲੇਕਿਨ ਹੁਣ ਪਿਛਲੇ ਸਮੇਂ ਤੋਂ ਮੈਨੂੰ ਲੱਗ ਰਿਹਾ ਵੀ ਅਜਿਹੀ ਗੱਲ ਨਹੀਂ, ਕਿਉਂਕਿ ਜੋ ਪੰਜਾਬ ਦੇ ਲੋਕ ਚੇਤਨ ਹੁੰਦੇ ਜਾ ਰਹੇ ਨੇ, ਪੰਜਾਬ ਤੋਂ ਬਾਹਰ ਵਸਦੇ ਪ੍ਰਵਾਸੀ ਉਹ ਆਏ ਸਮੇਂ ਤੇ ਪੰਜਾਬੀਆਂ ਤੋਂ ਵੱਧ ਜ਼ਿਆਦਾ ਚਿੰਤਕ ਨੇ, ਇਸ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਜ਼ਿਆਦਾ ਚਿੰਤਕ ਨੇ। ਉਹਨਾਂ ਨੇ ਕੈਨੇਡਾ ਅਮਰੀਕਾ ਦੀ ਧਰਤੀ 'ਤੇ ਵੀ ਪੰਜਾਬੀ ਸਕੂਲ ਖੋਲ੍ਹਦੇ ਨੇ, ਬੱਚੇ ਨੂੰ ਪੰਜਾਬੀ ਪੜ੍ਹਾਉਂਦੇ ਨੇ, ਔਰ ਉਹ ਜਦੋਂ ਇੱਥੇ ਆਉਂਦੇ ਨੇ ਇੱਥੋਂ ਦੇ ਲੋਕਾਂ ਨਾਲ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਲੋਕਾਂ ਨੂੰ ਕਹਿੰਦੇ ਨੇ ਵੀ ਤੁਸੀਂ ਅਸੀਂ ਤਾਂ ਹਜ਼ਾਰਾਂ ਮੀਲ ਦੂਰ ਹੈ ਕਿ ਵੀ ਆਪਣੇ ਪੰਜਾਬ ਨਾਲ ਜੁੜੇ ਹਾਂ, ਪੰਜਾਬੀ ਤਰ੍ਹਾਂ ਜੁੜੇ ਹਾਂ, ਸੱਭਿਆਚਾਰ ਨਾਲ ਜੁੜੇ ਹਾਂ, ਧਰਮ ਨਾਲ ਜੁੜੇ ਹਾਂ, ਅਤੇ ਤੁਸੀਂ ਇੱਥੇ ਰਹਿ ਕੇ ਟੁੱਟਦੇ ਜਾ ਰਹੇ ਹੋ। ਤਾਂ ਮੈਨੂੰ ਲੱਗ ਰਿਹਾ ਪਿਛਲੇ ਕੁਛ ਸਮੇਂ ਤੋਂ ਉਹ ਜਿਹੜੀ ਲਹਿਰ ਸੀਗੀ ਉਹ ਦੁਬਾਰ ਤੋਂ ਲਾਈਨ 'ਤੇ ਆਉਣੀ ਸ਼ੁਰੂ ਹੋ ਗਈ। ਪੰਜਾਬ ਵੀ ਦੇ ਬੱਚੇ ਨੇ ਉਹਨਾਂ ਦੇ ਮਨ ਦੇ ਵਿੱਚ ਚੇਤਨਤਾ ਪੈਦਾ ਹੋ ਗਈ ਹੈ ਕਿ ਅਸੀਂ ਪੰਜਾਬੀ ਬੋਲਣੀ, ਪੰਜਾਬੀ ਪੜ੍ਹਨੀ, ਪੰਜਾਬੀ ਲਿਖਣੀ। ਪਰ ਅਗਰ ਪੰਜਾਬੀ ਨੂੰ ਹੀ ਲੈ ਕੇ ਗੱਲ ਕੀਤੀ ਜਾਵੇ ਸਿਆਸਤ ਦੀ, ਤਾਂ ਪੰਜਾਬੀ ਨੂੰ ਲੈ ਕੇ ਸਿਆਸਤ ਵੀ ਹੁੰਦੀ ਹੈ, ਭਾਵੇਂ ਉਹ ਚੰਡੀਗੜ੍ਹ ਦੇ ਵਿੱਚ ਕਹਿ ਕਿ ਸਿਆਸਤ ਪੰਜਾਬੀ ਨੂੰ ਜਿਹੜਾ ਉਹ ਬੰਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ, ਸਾਈਨ ਬੋਰਡਾਂ ਦੇ ਉੱਤੇ ਪੰਜਾਬੀ ਜਿਹੜੀ ਉਹ ਤੀਜੇ ਨੰਬਰ 'ਤੇ ਲਿਖੀ ਹੋਈ ਆ, ਇਹਨੂੰ ਲੈ ਕੇ ਸਿਆਸੀ ਦਲ ਜਿਹੜੇ ਨੇ ਉਹ ਕਿੰਨੇ ਗੰਭੀਰ ਨੇ? ਸਿਆਸੀ ਪਾਰਟੀਆਂ ਇਹਦੇ 'ਤੇ ਬਿਲਕੁਲ ਵੀ ਗੰਭੀਰ ਨੇ, ਕਿਉਂਕਿ ਸਿਆਸੀ ਪਾਰਟੀਆਂ ਨੂੰ ਜਿੱਦਾਂ ਲੱਗਦਾ ਅਸੀਂ ਸਿਰਫ ਉਹੀ ਮੁੱਦਾ ਚੱਕਣਾ ਜਿਹਦੇ ਨਾਲ ਸਾਨੂੰ ਵੋਟਾਂ ਮਿਲਣ, ਉਹਨਾਂ ਨੂੰ ਪੰਜਾਬ ਦੇ ਨਾਲ ਪੰਜਾਬ ਦੇ ਸੱਭਿਆਚਾਰ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਕਿਉਂਕਿ ਅੱਜ ਪੰਜਾਬ ਦੀ ਸੱਤਾ 'ਤੇ ਜਿਹੜੇ ਰਾਜਸੀ ਪਰਿਵਾਰ ਰਾਜ ਕਰਦੇ ਨੇ ਉਹਨਾਂ ਦੇ ਪਰਿਵਾਰ ਦੇ ਵਿਦੇਸ਼ਾਂ ਦੇ ਵਿੱਚ ਪੜ੍ਹੇ ਨੇ, ਉਹਨਾਂ ਨੂੰ ਪਤਾ ਨਹੀਂ ਸਾਡਾ ਸੱਭਿਆਚਾਰ ਕੀ, ਉਹ ਤਾਂ ਟੀਵੀ 'ਤੇ ਹੀ ਵੇਖਦੇ ਨੇ। ਸਹੀ ਗੱਲ ਹੈ। ਉਹਨਾਂ ਨੂੰ ਨਹੀਂ ਪਤਾ ਵੀ ਪਿੰਡਾਂ ਦੇ ਸਕੂਲਾਂ 'ਚ ਕਿਹੋ ਜਿਹੇ ਹਾਲਾਤ ਨੇ, ਕਿਹੋ ਜਿਹੇ ਬੱਚੇ ਪੜ੍ਹਦੇ ਨੇ, ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਹੈ। ਇਹਨਾਂ ਦੇ ਬੱਚੇ ਸਨਾਵਰ ਪੜ੍ਹਦੇ ਨੇ, ਸ਼ਿਮਲੇ ਪੜ੍ਹਦੇ ਨੇ, ਵਿਦੇਸ਼ਾਂ 'ਚ ਪੜ੍ਹਦੇ ਨੇ, ਅਤੇ ਅਜਿਹੇ ਕਰਕੇ ਇਸ ਗੱਲ ਕਰਕੇ ਹੀ ਜੋ ਪੰਜਾਬ ਦੀ ਜਿਹੜੀ ਸਿੱਖਿਆ ਨੀਤੀ ਹੈ ਉਹਦੇ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ, ਔਰ ਸਰਕਾਰਾਂ ਇਹ ਚਾਹੁੰਦੀਆਂ ਨੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਅਜਿਹੇ ਤਰ੍ਹਾਂ ਹੀ ਅਨਪੜ੍ਹ ਰਹਿਣ ਤਾਂ ਜੋ ਉਹ ਸਾਡੇ ਲੈਵਲ 'ਤੇ
इलाहाबाद हाई कोर्ट का थोड़े दिन पहलों का एक वर्डिक्ट सीगा जिस दे विच उन्होंने कहा सीगा कि जेड़े भी सरकारी अफसर ने या सरकारी कर्मचारी ने उन्हां दे बच्चे अगर सरकारी स्कूलों दे विच पढ़न ते ए तंत्र जेड़ा वो सुधर सकता है। बिल्कुल ठीक है, जदों जलंधर दे डीसी जां पुलिस कमिश्नर दे बच्चे सरकारी स्कूल च पढ़ रहे होंगे ते उत्थे असीं किस तरह कहांगे उस सिक्ख्या दा पद्धर ठीक नहीं। मैं एक गल कहनी चाहुंदा वां इत्थे सरकारी स्कूलों दे जेड़े अध्यापक ने उन्हां दी एफिशिएंसी नूं शक नहीं कीता जा सकदा। उन्होंने टीटी वगैरह टेस्ट पास किए होंगे ने जिदे लखा लोग बच्चे अपीयर होंगे ने बिल्कुल वो कुछ सौ बच्चे पास होकर अध्यापक बनते हैं जोड़ा वह सिलेक्शन का तरीका है वो बहुत वधिया। लेकिन जो अध्यापक सरकारी नौकरी मिल जाती है वो कहें बस होंगे मौजा ही कर सच्चाई है। जेकर सरकार एक कानून बना दे जिन्हें भी पुलिस अफसर ने जिन्हें भी MLA ने जिन्ने भी DC ने जिन्ने भी मैंबर पार्लीमेंट ने मिनिस्टर ने इन्होंने न्याणे अपने हल्के के सरकारी स्कूलों पढ़ने तो मैं लगता उस दिन पंजाब प्राइवेट स्कूल बंद ही हो जाए और सरकार को कानून बनाना चाहिए ता जो पंजाब के लोगों की जी लुट होंगी जा रही है इन्हों रोकया जा सके। अब जो बच्चे ने उन्होंने मापियां की सारी तनखा सिर्फ बच्चों की पढ़ाई बिल्कुल बच्चों की पढ़ाई जा रही है। तो अगर गल की जाए किसान की या फिर उस लोअर तबके की जोड़ा कचहरियों के नाल या फिर उस कोर्ट कचहरी या फिर उधर जुड़िया है जिस तरह पटवारियों का जोड़ा काम हो गया या फिर खेतीबाड़ी के नाल जुड़िया है बहुत पढ़िया लिखा नहीं है पर जेकर खेतीबाड़ी के काम या कचहरिया के काम अंग्रेजी के हो फिर दूजी लैंगुएज के हो थोड़ा जहा औखा होंगे उन्होंने वास्ते तो मैं नहीं लगता कि वह प्रोपर तरीके समझ सकनगे पर उत्थे भी पंजाबी प्रोपर नहीं जो सम्मान मिलना चाहिए माण मिलना चाहिए उत्थे भी नहीं है। बिल्कुल मान सम्मान तो मिलेगा जो अफसर चाहते हो अब जी IAS IPS लॉबी है उदो इंग्लिश स्कूलों को पढ़ के निकलती है उन्होंने जो वे ऑफ जो गलबात का तरीका है जी उन्होंने नित का कार्य है सारा इंग्लिश के उन्होंने पंजाबी बोलता बंदा चंगा ही नहीं लगता और सरकार दी जो अजिहियां नीतियां ने जिसके तहत पंजाब दे विच चाहे IAS ने चाहे IPS ने कोई आंध्रा तो पढ़ के आया कोई बिहार तो पढ़ के आया कोई UP तो पढ़ के आया उन्होंने की पता पंजाबी की है उन्होंने लोड़ ही नहीं पंजाबियों की गल कर अपना सत्ता का निग मान रहे अपने अफसरशाही का राजा की तरह शहर के रेंगे ने इस करके कहा जाता भी DC जिले का मालिक होंगे मालिक इसे करके कहते हैं क्योंकि सचमुच के जो लोग ने उन्होंने नौकरा की तरह विहार बतीत करते साढ़े खरीदे हुए हैं जो गुलाम ने उन्होंने पता ही नहीं लोगों दी लोड़ां की ने उन्होंने एडिया एडिया वड्डियां हवेलियां दे विच रहते हैं अज DC दे कड़े हिसाब नाल कोठियां ने जिहदे च रहिंदे ने जे इन्हां लोगों नूं कितने विदेशों की तरह हो मरले का मकान दिता हो गड्डी इन्होंने कोल ना हो तो इन्होंने पता हो आम बंदे की जिंदगी की जिंदगी इन्होंने लोग ये आम लोग नहीं खास लोग ने जिदे करके ना तो इन्होंने आम लोगों के बारे पता ना इन्होंने आम लोगों की चिंता ना करनी चाहते हैं ये चाहते भी लोग इसे पद्धर से रहन ता जो जो साम झाम इस तरह कायम रह सके। पहला कुछ दिन अगर जो आप थोड़ा टाइम पिछे जाने तो अगर UP बिहार या किसी अड वक् सूबे जाते तो उत्थे हुंदा सी फलाना सिंह गरेवाल फलाना मतलब कि पंजाबियों का नाँ आता सीगा कि उत्थे वड्डे अहुदे ते आ बड़ा माण हुंदा सीगा पर हुण अज दी रेट दे विच की है पंजाब दे विच जी शर्मा चलो शर्मा तक तो ठीक है बाकी जी तिवाड़ी ने या फिर यादव ने इवें दे साडे भी अफसर होण लग पए अज जिहड़ा पंजाब दा यूथ आ उह विदेशां वल नूं जा रहा वा उहनूं बिल्कुल भी ये चिंता नहीं हैगी कि असीं वी जिहड़ा हायर एजुकेशन है पंजाब दा उह कित्थे देखदे हो ये अपना आखरी क्वेश्चन है। देखो जो हायर एजुकेशन की गल की ना मैं पहले कि पंजाब के नौजवान तो विदेश जा रहे हैं और अब जो IPS IAS कैडर के जो अफसर ने सारे बिहार UP तो ने बिल्कुल ये आप नहीं गल कह सकते कि लोग माड़े ने साडा सिस्टम माड़ा अपनी सूबे देखते हैं तो आप नजर नहीं आते बड़ा वड्डा कारण है पंजाब 1984 जो कतलेआम तो बाद एक पुलिस के वो योजनाबद्ध तरीके नौजवानों की फड़ोफड़ी की हजार नौजवानों झूठे पुलिस मुकाबलों च मारिया गया उस तो बाद पंजाब के लोगों के मनों के सरकार के प्रति गुस्सा से उन्होंने सरकारी नौकरियों ज्वाइन करना बंद कर दिता और वड्डी गिनती नौजवान विदेशों में चले गए जो पढ़िया लिखा तबका से सारा उत्थे पहुँच गया तो जिहड़े BC कैटागरी वाले लोग रह गए मैं उस गल कहने कोई शर्म नहीं तो वह अज पंजाब के मौजूद ने जिहदे करके पंजाब का अजिहा ढांचा कोई IAS IPS अफसर पंजाब चों नहीं निकल रहा जेकर अपना कोई बंदा ही नहीं अपनी गल ही नहीं करना वाला असीं किस तरह कहांगे कि साडी कोई गल होगी तो जिहड़े लोग बिहार UP तो सी उन्होंने अत दी गरीबी नूं समझिया महसूस किया उन्होंने कहा कि अपने लोगों बाहर कढ़ना अज बिहार कई मामलों में पंजाब तों अगे निकलता जा रहा एक कारण है जेकर पंजाब के जिहड़े लोग विदेशों के वस रहे हैं उन्होंने ये चाहिए जिथे वह बाहर रह के पंजाबी मां बोली की सेवा करते हैं
ਉੱਥੇ ਉਹ ਪੰਜਾਬ ਦੇ ਜੋ ਗਰੀਬ ਲੋਕ ਨੇ ਉਹਨਾਂ ਵਾਸਤੇ ਜੇ ਕੋਈ ਅਜਿਹੇ ਕੇਂਦਰ ਖੋਲ੍ਹਣ ਜਿਹਦੇ ਨਾਲ IAS IPS ਅਫਸਰ ਪੰਜਾਬ ਦੇ ਬਣਨ, ਉਹ ਪੰਜਾਬੀਆਂ ਦੀ ਗੱਲ ਕਰਨ, ਉਹਨੂੰ ਪਤਾ ਹੋਵੇ ਇਸ ਇਲਾਕੇ 'ਚ ਗੰਦਾ ਪਾਣੀ ਆਉਂਦਾ, ਉਹਨੂੰ ਪਤਾ ਇੱਥੇ ਦਰਿਆ ਦੀ ਮਾਰ ਹੇਠ ਇਲਾਕਾ, ਇੱਥੇ ਬਰਸਾਤਾਂ ਦੇ ਦਿਨਾਂ ਵਿੱਚ ਬੰਨ ਟੁੱਟ ਜਾਂਦੇ ਨੇ, ਕਿਸਾਨਾਂ ਦੀ ਫਸਲ ਮਾਰੀ ਜਾਂਦੀ ਹੈ, ਜਦੋਂ ਸਾਡੇ ਬੰਦੇ ਹੀ ਨਹੀਂ ਸਾਡੀ ਗੱਲ ਕਿਹਨੇ ਕਰਨੀ ਹੈ। ਔਰ ਜਿਹੜੇ ਲੋਕ ਇੱਥੋਂ ਵਿਦੇਸ਼ਾਂ ਵਿੱਚ ਚਲੇ ਗਏ, ਔਰ ਤੁਸੀਂ ਦੇਖੋ ਜੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਹਨੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਭਾਰਤ ਦੀ ਲੋਕ ਸਭਾ ਦੇ ਵਿੱਚ ਨਹੀਂ, ਉਸ ਤੋਂ ਜ਼ਿਆਦਾ ਕੈਨੇਡਾ ਵਿੱਚ ਨੇ, ਅਮੈਰੀਕਾ ਦੇ ਵਿੱਚ ਨੇ, ਤੁਸੀਂ ਹੋਰ ਇੰਗਲੈਂਡ ਦੇ ਵਿੱਚ ਨੇ, ਤਰਮਨਜੀਤ ਸਿੰਘ ਢੇਸੀ ਆਪਣੇ ਮੈਂਬਰ ਪਾਰਲੀਮੈਂਟ ਨੇ ਜਲੰਧਰ ਤੋਂ ਇੰਗਲੈਂਡ ਦੇ ਵਿੱਚ, ਸੋ ਜਿਹੜੀ ਪੰਜਾਬ ਦੀ ਕਰੀਮ ਸਾਰੀ ਬਾਹਰ ਚਲੀ ਗਈ। ਔਰ ਇਹ ਰੁਝਾਨ ਲਗਾਤਾਰ ਜਾਰੀ ਹੈ, ਲਗਾਤਾਰ ਜਾਰੀ ਹੈ। ਇਹਦੇ ਵਾਸਤੇ ਸਰਕਾਰਾਂ ਨੂੰ ਔਰ ਪੰਜਾਬੀਆਂ ਨੂੰ ਚੇਤੰਨ ਹੋ ਕੇ ਸੋਚਣਾ ਚਾਹੀਦਾ, ਜੇਕਰ ਅਜਿਹੇ ਹਾਲਾਤ ਰਹੇ, ਪੰਜਾਬ ਜਿਸ ਤਰ੍ਹਾਂ ਪੰਜਾਬ ਦੀ ਭੂਮੀ ਬੰਜਰ ਹੁੰਦੀ ਜਾ ਰਹੀ ਹੈ, ਇਸ ਤਰ੍ਹਾਂ ਪੰਜਾਬ ਦੇ ਵਿੱਚ ਬੰਜਰ ਜ਼ਮੀਨਾਂ ਵਾਲੇ ਲੋਕ ਹੀ ਫਿਰ ਦਿਖਾਈ ਦੇਣਗੇ, ਜਿਹਦੇ ਕਰਕੇ ਪੰਜਾਬ ਬੜੇ ਮਾੜੇ ਦੌਰ 'ਚ ਦੁਬਾਰਾ ਪਹੁੰਚ ਜਾਵੇਗਾ। ਬਿਲਕੁਲ ਬਿਲਕੁਲ, ਪੰਜਾਬ ਜਿਹੜਾ ਮਾੜੇ ਦੌਰ ਵਿੱਚ ਦੁਬਾਰਾ ਪਹੁੰਚ ਜਾਵੇਗਾ, ਬਹੁਤ ਹੀ ਚਿੰਤਨ ਦੀ ਆਪਾਂ ਨੂੰ ਜ਼ਰੂਰਤ ਹੈਗੀ ਆ। ਲੈਣੇ ਇੱਕ ਛੋਟਾ ਜਿਹਾ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ, ਦੇਖਦੇ ਰਹੋ ਚੱਕਦੇ ਟੀਵੀ।